ਅੱਜ ਅਸੀਂ ਤੁਹਾਡੀ ਮੁਲਾਕਾਤ ਸ਼੍ਰੀ ਉਪਿੰਦਰ ਸਿੰਘ ਲਾਂਬਾ ਜੀ ਨਾਲ ਕਰਵਾ ਰਹੇ ਹਾਂ, ਜੋ ਪਿਛਲੇ ਦਿਨੀ ਕੋਵਿਡ ਪੋਜ਼ਿਟਿਵ ਆਏ ਸਨ ਅਤੇ ਉਹਨਾਂ ਨੇ ਆਪਣਾ ਹੋਮ ਕੁਆਰੰਟਾਈਨ ਹੁਣ ਮੁਕੰਮਲ ਕੀਤਾ ਹੈ। ਇਸ ਸਾਰੇ ਸਮੇਂ ਦੌਰਾਨ ਗੁਰਬਾਣੀ ਦਾ ਓਟ ਆਸਰਾ ਲੈ ਕੇ ਜੋ ਉਹਨਾਂ ਨੇ ਮਹਿਸੂਸ ਕੀਤਾ ਅਤੇ ਇਸ ਬਿਮਾਰੀ ਦੇ ਨਾਲ ਜੰਗ ਕੀਤੀ, ਉਸ ਬਾਰੇ ਉਹਨਾਂ ਤੋਂ ਹੀ ਪੁੱਛਦੇ ਹਾਂ। ਜੀ ਬਿਲਕੁਲ, ਮੈਨੂੰ ਇਸ ਸਮੇਂ ਦੌਰਾਨ ਗੁਰਬਾਣੀ ਤੋਂ ਬਹੁਤ ਹੀ ਜ਼ਿਆਦਾ ਇੱਕ ਤਰ੍ਹਾਂ ਦੀ ਸ਼ਕਤੀ ਮਿਲੀ ਹੈ, ਜਿਸ ਨਾਲ ਇਹ ਜਿਹੜਾ ਮੇਰੇ 'ਤੇ ਔਖੀ ਘੜੀ ਆਈ ਸੀ, ਜਿਹਨੂੰ ਮੈਂ ਬੜੀ ਬਾਖੂਬੀ ਨਜਿੱਠ ਸਕਿਆ, ਅਤੇ ਅੱਜ ਮੈਂ ਇਸ ਵਾਹਿਗੁਰੂ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੀ ਮਿਹਰ ਸਦਕਾ ਮੈਂ ਅੱਜ ਇਸ ਬਿਮਾਰੀ ਤੋਂ ਬਾਹਰ ਆ ਗਿਆ। ਡਾਕਟਰ ਸਾਹਿਬ, ਮੈਂ 22 ਅਗਸਤ ਨੂੰ ਮੈਨੂੰ ਰਿਪੋਰਟ ਮਿਲੀ ਜਿਹਦੇ 'ਚ ਮੈਂ ਪੋਜ਼ਿਟਿਵ ਪਾਇਆ ਗਿਆ। ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਘਰ ਦੇ ਵਿੱਚ ਹੀ ਹੋਮ ਆਈਸੋਲੇਟ ਕਰ ਲਿਆ, ਅਤੇ ਇਸੇ ਦੌਰਾਨ ਮੈਨੂੰ ਘਰਦਿਆਂ ਨੇ ਪੂਰਾ ਸਹਿਯੋਗ ਦਿੱਤਾ। ਸਭ ਤੋਂ ਵੱਡੀ ਚੁਣੌਤੀ ਮੇਰੇ ਸਾਹਮਣੇ ਇਹ ਸੀ, ਮੇਰੇ ਬਜ਼ੁਰਗ ਮਾਤਾ ਪਿਤਾ, ਜਿਨ੍ਹਾਂ ਦੀ ਉਮਰ ਪਿਤਾ ਜੀ ਦੀ 84 ਸਾਲ, ਮਾਤਾ ਜੀ ਮੇਰੇ ਸ਼ੀ 80, ਅਤੇ ਉਹਨਾਂ ਨੂੰ ਬਚਾਉਣਾ ਮੇਰੇ ਲਈ ਆਪਣੇ ਤੋਂ ਵੀ ਵੱਡੀ ਇੱਕ ਜ਼ਿੰਮੇਵਾਰੀ ਸੀ, ਜਿਸ ਕਰਕੇ ਮੈਂ ਉਹਨਾਂ ਨੂੰ ਤਾਕੀਦ ਕੀਤੀ ਕਿ ਉਹ ਫਸਟ ਫਲੋਰ ਦੇ ਉੱਤੇ ਹੀ ਰਹਿਣ, ਅਤੇ ਇਹ ਜਿਹੜੇ ਜੋ ਸਮਾਂ ਹੈ 17 ਦਿਨ ਦਾ, ਉਹਨਾਂ ਨੇ ਬਿਲਕੁਲ ਪੌੜੀਆਂ ਥੱਲੇ ਨਹੀਂ ਉਤਰਨੀਆਂ, ਤਾਂ ਕਿ ਮੈਂ ਤਾਂ ਇਹ ਮਹਿਸੂਸ ਕੀਤਾ ਔਰ ਜੋ ਸੁਣਿਆ ਜਾਂ ਪੜ੍ਹਿਆ ਵੀ ਇਹ ਬਜ਼ੁਰਗਾਂ ਨੂੰ ਬਿਮਾਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਗ੍ਰਸਤ ਕਰਦੀ ਹੈ, ਅਤੇ ਇਸ ਕਰਕੇ ਮੇਰੇ ਲਈ ਇੱਕ ਬਹੁਤ ਵੱਡੀ ਚੁਣੌਤੀ ਸੀ। ਅਤੇ ਸਭ ਤੋਂ ਵੱਡਾ ਜੋ ਮੈਂ ਮਹਿਸੂਸ ਕੀਤਾ ਉਹ ਹੈ ਕਿ ਇੱਕ ਕਮਰੇ ਦੇ ਵਿੱਚ ਤੁਸੀਂ ਬੰਦ ਹੋ, ਸਮਾਂ ਕਿਵੇਂ ਕੱਢਣਾ, ਪਰ ਮੈਂ ਆਪਣੇ ਢੰਗ ਦੇ ਨਾਲ ਗੁਰਬਾਣੀ ਦਾ ਸਹਾਰਾ ਲਿਆ, ਕਥਾ ਕੀਰਤਨ ਸੁਣ ਲੈਣੀ, ਜਿਸ ਨਾਲ ਬਹੁਤ ਵਧੀਆ ਸਮਾਂ ਨਿਕਲ ਜਾਂਦਾ ਸੀ, ਅਤੇ ਨਾਲ ਹੀ ਘਰ ਦੇ ਵਿੱਚ ਜੁਗੋ ਜੁਗੋ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜੋ ਸਵੇਰੇ ਅਤੇ ਸ਼ਾਮੀ ਨਿਰੰਤਰ ਤੌਰ 'ਤੇ ਸਵੇਰੇ ਪ੍ਰਕਾਸ਼, ਸ਼ਾਮ ਨੂੰ ਸੁੱਖ ਆਸਨ ਕਰੀਦਾ ਸੀ, ਆਪਣੀ ਡਿਊਟੀ ਬੰਦ ਹੋ ਕੇ ਨਿਤਨੇਮ ਗੁਰਬਾਣੀ ਸਿਮਰਨ ਵੀ ਕਰ ਲੈਣਾ, ਜਿਹਦੇ ਨਾਲ ਸਮਾਂ ਬਹੁਤ ਅੱਛੀ ਤਰ੍ਹਾਂ ਨਿਕਲ ਗਿਆ। ਅਤੇ ਇਹ ਜਿਹੜੀ ਸ਼ਕਤੀ ਤੁਹਾਨੂੰ ਇਸ ਦੌਰਾਨ ਮਿਲੀ ਆਪਣੇ ਆਪ ਨੂੰ ਐਨ ਬਿਲਕੁਲ ਚੜ੍ਹਦੀ ਕਲਾ 'ਚ ਰੱਖਣ ਲਈ, ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸ਼ਬਦ ਗੁਰੂ ਸ਼ਬਦ ਦੀ ਸ਼ਕਤੀ ਸੀ? ਗੁਰੂ ਸਾਹਿਬ, ਜਿਵੇਂ ਕਿ ਗੁਰਬਾਣੀ ਦੇ ਵਿੱਚ ਹੈ, ਸਰਵ ਔਖਾ ਔਖਦ ਨਾਮ ਦੇ ਮੁਤਾਬਕ, ਮੈਂ ਸ਼ੁਰੂ ਤੋਂ ਮੇਰਾ ਇਹ ਪੂਰਨ ਵਿਸ਼ਵਾਸ ਹੈ ਕਿ ਗੁਰਬਾਣੀ ਦਾ ਜਿਹੜਾ ਇਨਸਾਨ ਸਹਾਰਾ ਲੈਂਦਾ ਹੈ, ਅਕਾਲ ਪੁਰਖ ਉਸਨੂੰ ਆਪ ਸਹਾਈ ਹੋ ਕੇ ਉਸਨੂੰ ਹਰ ਔਖੀ ਘੜੀ ਦੇ ਵਿੱਚੋਂ ਕੱਢ ਲੈਂਦੇ ਹਨ। ਜਿਵੇਂ ਕਿ ਲਿਖਿਆ, ਔਖੀ ਘੜੀ ਨਾ ਦੇਖਣ ਦਈ, ਆਪਣਾ ਬਿਰਧ ਸੰਭਾਲੈ, ਹੱਥ ਤੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੈ। ਲਾਂਬਾ ਸਾਹਿਬ, ਇਸ ਸਾਰੇ ਸਮੇਂ ਦੌਰਾਨ ਸਿਹਤ ਵਿਭਾਗ ਵੱਲੋਂ ਜੋ ਤੁਹਾਨੂੰ ਗਾਹੇ ਬਗਾਹੇ ਦਿੱਤੀਆਂ ਜਾਂਦੀਆਂ ਰਹੀਆਂ ਹਦਾਇਤਾਂ, ਕੀ ਉਹਨਾਂ ਸੰਬੰਧੀ ਤੁਸੀਂ ਪੂਰਨ ਰੂਪ ਵਿੱਚ ਸੈਟਿਸਫਾਈਡ ਹੋਏ? ਡਾਕਟਰ ਸਾਹਿਬ, ਜੋ ਜਿਵੇਂ ਕਿ ਆਪ ਜੀ ਨੇ ਪੁੱਛਿਆ, ਉਹਨਾਂ ਵੱਲੋਂ ਬਰਾਬਰ ਫੋਨ ਆਉਂਦਾ ਰਿਹਾ ਹੈ। ਇਸ ਸਮੇਂ ਦੌਰਾਨ ਮੈਨੂੰ ਉਹ ਪੁੱਛਦੇ ਸਨ, ਤੁਸੀਂ ਠੀਕ ਹੋ, ਕੋਈ ਤੁਹਾਨੂੰ ਕੋਈ ਹੋਰ ਸਿੰਪਟਮ ਤਾਂ ਨਹੀਂ ਆ ਰਹੇ? ਪਰ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਹੀ ਦੱਸ ਦਿੰਦੇ ਸਾਂ, ਤਾਂ ਜੋ ਉਹਨਾਂ ਨੇ ਆਪਾਂ ਨੂੰ ਇਲਾਜ ਲਈ ਜਾਂ ਕੋਈ ਹੋਰ ਹਦਾਇਤਾਂ ਦਿੱਤੀਆਂ ਸੀ, ਉਹਨਾਂ ਦੀ ਇਨਬਿਲ ਪਾਲਣਾ ਕੀਤੀ ਗਈ ਸਾਡੇ ਵੱਲੋਂ। ਜਿਵੇਂ ਕਿ ਉਹਨਾਂ ਨੇ ਕਿਹਾ, ਆਕਸੀਜਨ ਦਾ ਆਪਣਾ ਲੈਵਲ ਚੈੱਕ ਕਰਦੇ ਰਹੋ, ਟੈਂਪਰੇਚਰ ਤੁਸੀਂ 3 ਦਿਨ 'ਚ 3 ਵਾਰੀ ਲੈਣਾ,
ਅਤੇ ਵਿਟਾਮਿਨਸ ਵਗੈਰਾ ਉਹਨਾਂ ਨੇ ਜਿਹੜੀਆਂ ਦਵਾਈਆਂ ਦੱਸੀਆਂ ਸੀ ਅਤੇ ਉਹ ਲੈ ਉਹ ਬਰਾਬਰ ਅਸੀਂ ਲੈਂਦੇ ਰਹੇ। ਔਰ ਮੈਂ ਬੜੀ ਤਸੱਲੀ ਨਾਲ ਇਹ ਗੱਲ ਕਹਿ ਸਕਦਾ ਕਿ ਹੈਲਥ ਡਿਪਾਰਟਮੈਂਟ ਅਤੇ ਜਿਹੜੇ ਵਾਰੀਅਰਸ ਨੇ, ਫਰੰਟਲਾਈਨ ਵਰਕਰਸ ਕਹਿ ਲਓ, ਡਾਕਟਰਸ ਕਹਿ ਲਓ, ਨਰਸਿਸ ਕਹਿ ਲਓ, ਜਾਂ ਜੋ ਵੀ ਉਹਨਾਂ ਨੇ ਆਪਣਾ ਅਮਲਾ ਤਾਇਨਾਤ ਕੀਤਾ, ਉਹਨਾਂ ਨੇ ਬੜੀ ਬਾਖੂਬੀ ਡਿਊਟੀ ਨਿਭਾਈ ਹੈ। ਅਤੇ ਮੈਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਕਦੀ ਮਤਲਬ ਹਰ ਦੂਜੇ ਤੀਜੇ ਦਿਨ ਉਹਨਾਂ ਦਾ ਫੋਨ ਆਉਂਦਾ ਰਿਹਾ, ਅਤੇ ਉਹਦੇ ਨਾਲ ਇੱਕ ਤੁਹਾਨੂੰ ਬੜਾ ਵੱਡਾ ਹੌਸਲਾ ਮਿਲਦਾ ਸੀ। ਲਾਂਬਾ ਸਾਹਿਬ, ਸਾਡੇ ਦਰਸ਼ਕਾਂ ਨੂੰ ਤੁਸੀਂ ਇੱਕ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ? ਸੁਨੇਹਾ ਤਾਂ ਮੈਂ ਆਪਣੇ ਤਜਰਬੇ ਤੋਂ ਇਹੀ ਦੇ ਸਕਦਾ ਕਿ ਇਹ ਇੱਕ ਅੰਦ੍ਰਿਸ਼ਟ ਦੁਸ਼ਮਣ ਹੈ ਜਿਹੜਾ ਦਿਖਾਈ ਨਹੀਂ ਦੇ ਰਿਹਾ, ਜਿਹਦੇ ਖਿਲਾਫ ਅਸੀਂ ਇਹ ਜੰਗ ਲੜ ਰਹੇ ਹਾਂ। ਉਸ ਲਈ ਜਿਹੜੀਆਂ ਹੈਲਥ ਡਿਪਾਰਟਮੈਂਟ ਵੱਲੋਂ ਸਮੇਂ ਸਮੇਂ ਸਿਰ ਜਾਰੀਆਂ ਹਦਾਇਤਾਂ ਕੀਤੀਆਂ ਜਾਂਦੀਆਂ, ਜਿਨ੍ਹਾਂ 'ਚ ਖਾਸ ਕਰਕੇ ਮਾਸਕ ਜਿਹੜਾ ਹੈ ਇਹ ਸਭ ਤੋਂ ਜ਼ਰੂਰੀ ਹੈ, ਔਰ ਇਸ ਦੇ ਨਾਲ ਸਮੇਂ ਸਮੇਂ ਸਿਰ ਆਪਣਾ ਹੱਥ ਧੋਵੋ, ਸਫਾਈ ਰੱਖੋ, ਸੈਨੇਟਾਈਜ਼ਰ ਦੀ ਵਰਤੋਂ ਕਰੋ, ਤੋਂ ਇਲਾਵਾ ਬੇਲੋੜਾ ਕਿਤੇ ਬਾਹਰ ਨਿਕਲਣਾ ਉਹ ਅਵਾਇਡ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਆਪ ਨੂੰ ਵੀ ਬਚਾਈਏ ਅਤੇ ਹੋਰਨਾਂ ਨੂੰ ਵੀ ਇਸ ਬਿਮਾਰੀ ਤੋਂ ਬਚਾਇਆ ਜਾਏ, ਕਿ ਉਹ ਇੱਕ ਇਨਫੈਕਸ਼ੀਅਸ ਡਿਜ਼ੀਜ਼ ਹੈ, ਲਾਗ ਕਰਕੇ ਇਹ ਫੈਲਦੀ ਹੈ। ਉਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਆਪਣੀ ਡਿਊਟੀ ਸਮਝਦੇ ਹੋਏ ਇਸ ਗੱਲ ਲਈ ਪੱਕੇ ਤੌਰ 'ਤੇ ਇਹ ਤਹੱਈਆ ਕਰੀਏ ਕਿ ਅਸੀਂ ਇਹ ਬਿਮਾਰੀ ਦਾ ਖਾਤਮਾ ਕਰਨਾ ਹੈ। ਅਤੇ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਨੂੰ ਪੂਰਨ ਤੌਰ 'ਤੇ ਕਾਬੂ ਕਰ ਸਕਾਂਗੇ। ਇਹ ਸਨ ਉਪਿੰਦਰ ਲਾਂਬਾ ਜੀ, ਜਿਨ੍ਹਾਂ ਨੇ ਬਿਮਾਰੀ ਦੇ ਸਮੇਂ ਦੌਰਾਨ ਦੇ ਆਪਣੇ ਵਿਚਾਰ, ਐਕਸਪੀਰੀਅੰਸਿਸ ਤੁਹਾਡੇ ਨਾਲ ਸਾਂਝੇ ਕੀਤੇ। ਸਾਡੀ ਸਮੁੱਚੀ ਟੀਮ ਵੱਲੋਂ ਸ਼੍ਰੀ ਉਪਿੰਦਰ ਲਾਂਬਾ ਜੀ ਨੂੰ ਸ਼ੁਭਕਾਮਨਾਵਾਂ।